ਜਿਹੜਾ ਇੱਥੇ ਪਾਰਕ ਦੇ ਵਿੱਚ ਜਾਣ ਦੀ ਐਂਟਰੀ ਹੈ ਜਿਹੜੀ ਟਿਕਟ ਲੱਗਦੀ ਹੈ ਉਹ 50 ਰੁਪੀਜ਼ ਪਰ ਪਰਸਨ ਹੈ। ਹੁਣ ਆਪਾਂ ਇੱਥੋਂ ਐਂਟਰੀ ਕਰਨ ਲੱਗੇ ਤਾਂ ਟਿਕਟ ਚੈੱਕ ਵਗੈਰਾ ਕਰਾ ਕੇ ਤੁਸੀਂ ਆਪਾਂ ਅੰਦਰ ਐਂਟਰੀ ਕਰ ਸਕਦੇ ਹੋ। ਹੁਣ ਆਪਾਂ ਅੰਦਰ ਐਂਟਰੀ ਕਰ ਲਈ, ਹੁਣ ਦੇਖੋ ਲੋਕ ਕਿੰਨੇ ਸਾਰੇ ਜਾ ਰਹੇ ਆ ਇੱਧਰ। ਬਹੁਤ ਸੋਹਣਾ ਵਿਊ ਹੈ। ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓਗਾ। ਵੀਡੀਓ ਅਗਰ ਅੱਛੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੀਜੀਏਗਾ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੀਜੀਏਗਾ। ਬਰਡ ਪਾਰਕ ਐਂਟਰੀ ਗੇਟ 295 ਮੀਟਰ। ਇਹ ਮੇਨ ਐਂਟਰੀ ਨਹੀਂ ਹੈ, ਜਿਹੜੀ ਮੇਨ ਐਂਟਰੀ ਜਿਹੜੀ ਅੱਗੇ ਪਾਰਕ ਦੀ ਉਹ ਅੱਗੇ ਜਾ ਕੇ ਹੋਏਗੀ, ਤੁਹਾਨੂੰ ਦੇਖਣ ਨੂੰ ਮਿਲੇਗਾ। ਇੱਥੇ ਤੁਸੀਂ ਦੇਖ ਸਕਦੇ ਬਰਡਸ ਦੀ ਪਿਕਸ ਲੱਗੀਆਂ ਹੋਈਆਂ। ਇਹ ਸਾਰੇ ਬਰਡਸ ਤੁਹਾਨੂੰ ਅੰਦਰ ਵੀ ਦੇਖਣ ਨੂੰ ਮਿਲਣਗੇ। ਦੇਖੋ ਤੁਸੀਂ ਕਿੰਨੇ, ਇਹ ਦੇਖੋ ਤੁਸੀਂ ਬਤਖ ਜਿਹੜੀ ਹੈ ਤੈਰ ਰਹੀ ਹੈ ਪਾਣੀ ਦੇ ਵਿੱਚ। ਬਹੁਤ ਸੋਹਣਾ ਵਿਊ ਹੈ। ਵੀਡੀਓ ਨੂੰ ਦੇਖਦੇ ਰਹੇ ਐਂਡ ਤੱਕ। ਚੈਨਲ ਨੂੰ ਜਿਹੜਾ ਸਬਸਕ੍ਰਾਈਬ। ਕੁਛ ਬਤਖਾਂ ਬਾਹਰ ਬੈਠੀਆਂ ਹੋਈਆਂ, ਕੁਛ ਪਾਣੀ 'ਚ ਤੈਰ ਰਹੀ ਹੈ। ਦੇਖੋ ਬੇਚਾਰਾ ਮੋਰ ਬੈਠਾ ਹੈ ਲੁੱਕ ਕੇ ਇੱਕ ਸਾਈਡ 'ਤੇ, ਲੋਕਾਂ ਤੋਂ ਡਰਦਾ ਪਿਆ ਬੇਚਾਰਾ। इधर तो देखो क्या है ये, किसका पैरेट है? मम्मा का पैरेट है। राध्या का नहीं है? है? ये देखो कितना सोना लग रहा है। तुसी पढ़ सकते हो इत्थे जिहड़ा लिखा हुआ कुछ ਰਾਸ਼ੀ ਦੇ ਮੁਤਾਬਕ। ਇੱਥੇ ਕੁਛ ਫੁੱਲ ਜਾਂ ਪੇੜ ਲੱਗੇ ਆ, ਉਹਨਾਂ ਨੂੰ ਰਾਸ਼ੀ ਦੇ ਮੁਤਾਬਕ ਨਾਮ ਦਿੱਤਾ ਹੋਇਆ। ਕੁਛ ਸਕੋਰਪੀਓ ਜਿੱਦਾਂ ਦਿੱਤਾ ਹੋਇਆ, ਇੱਦਾਂ ਹੀ ਅਲੱਗ ਅਲੱਗ ਸਾਰੇ ਇੱਥੇ ਨਾਮ ਲਿਖੇ ਹੋਏ ਆ, ਅਲੱਗ ਅਲੱਗ ਕਰਕੇ ਉਹਨਾਂ ਨੂੰ ਦੱਸਿਆ ਹੋਇਆ। ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਮੇਨ ਗੇਟ ਹੈ, ਇਹ ਇੱਥੋਂ ਐਂਟਰੀ ਹੈ ਜਿਹੜਾ ਬਰਡ ਦਾ, ਮੇਨ ਬਰਡ ਪਾਰਕ ਦਾ ਜਿਹੜਾ ਸ਼ੁਰੂ ਹੁੰਦਾ। ਇਸ ਤੋਂ ਅੱਗੇ ਸਾਰੇ ਤੁਹਾਨੂੰ ਜਿਹੜੇ ਆ ਦੇਖਣ ਨੂੰ ਮਿਲੇਗਾ। ਇਹ ਦੇਖੋ ਬਣਾਏ ਹੋਏ ਆ ਜਿਹੜੇ ਬਰਡਸ, ਕਾਗਜ਼ ਦੇ ਬਰਡਸ ਬਣਾਏ ਹੋਏ ਆ। ਇੱਥੇ ਲਿਖਿਆ ਹੋਇਆ ਕਿ ਇਸ ਕਿਸ ਦੀ ਏਜ ਕਿੰਨੀ ਤੱਕ ਹੈ, ਕਦੋਂ ਤੱਕ ਜੀ ਸਕਦਾ, ਇਹ ਸਾਰਾ ਕੁਛ ਦੱਸਿਆ ਹੋਇਆ। ਦੇਖੋ ਕਿੰਨੇ ਕਿੰਨੇ ਸੋਹਣੇ ਬਰਡਸ ਆ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਬਹੁਤ ਸੋਹਣੇ ਸੋਹਣੇ ਬਰਡਸ ਤੁਹਾਨੂੰ ਦੇਖਣ ਨੂੰ ਮਿਲਣਗੇ। ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਜੀਓ। ਲੋ ਬਰਡਸ ਇਸ ਪਿੰਡ ਵਿੱਚ 20 ਤੋਂ 30 ਸਾਲ ਤੱਕ ਜੀਂਦੇ ਆ। ਦੇਖੀ ਚਲੋ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓਗਾ। ਇਹ ਬਾਕੀ ਉੱਧਰ ਦਾ ਥੋੜਾ ਵਿਊ ਹੈ, ਇੱਦਾਂ ਦਾ ਬਣਿਆ ਹੋਇਆ, ਅੰਦਰ ਜਾ ਕੇ ਤੁਸੀਂ ਦੇਖੋਗੇ ਤਾਂ। ਇੱਥੋਂ ਦੀ ਲੋਕ ਐਂਟਰੀ ਕਰਦੇ ਅੰਦਰ ਜਾਣ ਲਈ। ਮੇਨ ਇੱਥੋਂ ਐਂਟਰੀ ਹੋਏਗੀ ਅੰਦਰ ਜਾਣ ਲਈ। ਦੇਖੋ ਲੋਕ ਤੁਸੀਂ ਐਂਟਰੀ ਕਰ ਰਹੇ, ਇੱਕ ਸਾਈਡ ਤੋਂ ਆ ਰਹੇ, ਇੱਕ ਸਾਈਡ ਤੋਂ ਜਾ ਰਹੇ ਆ। ਇਹ ਦੇਖੋ ਅੰਦਰ ਦਾ ਵਿਊ, ਕਿੰਨਾ ਸੋਹਣਾ ਵਿਊ ਹੈ। ਇਹ ਸਾਰੀ ਚੀਜ਼ਾਂ ਤੁਹਾਨੂੰ ਅੰਦਰ ਦੇਖਣ ਨੂੰ ਮਿਲਣਗੀਆਂ। ਅੱਗੇ ਅੱਗੇ ਤੁਸੀਂ ਕਿੰਨਾ ਸੋਹਣਾ ਵਿਊ ਹੈ ਦੇਖੋ ਅੰਦਰ ਜਾ ਕੇ ਤੁਸੀਂ। ਜਿਹੜਾ ਵੀ ਚੰਡੀਗੜ੍ਹ ਆਏਗਾ ਇੱਕ ਵਾਰੀ ਬਰਡ ਪਾਰਕ ਜ਼ਰੂਰ ਜਾਏਗਾ, ਬਹੁਤ ਹੀ ਅੱਛਾ ਹੈ ਦੇਖਣ। ਤੁਸੀਂ ਦੇਖ ਸਕਦੇ ਹੋ ਇਹਨਾਂ ਬਾਰੇ ਔਰ ਜਲਦੀ ਜਲਦੀ ਹੈ। ਇਹਨਾਂ ਦੀ ਲਾਈਫ ਸਪੇਨ ਹੈ ਜਿਹੜੀ 3 ਤੋਂ 4 ਸਾਲ ਹੈ। ਸਾਈਜ਼ 1.4 ਟੂ 1.7 ਫਿੱਟ ਹੈ।
क्या कर रही है पुठे पंगे लेने आंदे है पानी ना इन्नी ठंड है लोकी पानी नू हाथ नहीं लांदे ते पानी ना पंगे ले रही है ये देखो अगे तुसी बहुत ही सोहना व्यू है ये देखते जाओ तुसी अगे तैर रहे है पानी दे विच चलो बाहर नू चलो पुत ਅੱਗੇ ਫਿਰ ਇੱਕ ਗੇਟ ਹੈ ਸੈਕਿੰਡ ਗੇਟ ਉੱਥੇ ਵੀ ਐਂਟਰੀ ਹੈ ਚਲੋ ਚਲੋ ਧਿਆਨ ਨਾਲ ਰੱਖੋ ਚੱਲ ਹੋਰ ਜਿਹੜੇ ਬਰਡਸ ਹੋਣਗੇ ਉਹ ਦੇਖਣ ਆਰਾਮ ਨਾਲ ਆਰਾਮ ਨਾਲ ਇਹ ਸਾਡੀ ਬਿੱਲੀ ਇਹ ਦੇਖੋ ਤੁਸੀਂ ਇਹਦੇ ਹੋਟਲ ਦੇ ਨਾ ਠੀਕ ਹੈ ਕਿੰਨੇ ਸੋਹਣੇ ਸੋਹਣੇ कभी जरूर जाके देखो जो भी चंडीगढ़ आएगा बर्ड पार्क जरूर जाओ इतना कॉस्टली भी नहीं है सारे पैरेट ₹50 पर पर्सन है टिकट हाँ मीन्स जो तुम अपना अच्छा टाइम स्पेंड कर सकते थे ना 1 आवर्स अच्छे ना 1-2 आवर्स अपने अच्छे ना स्पेंड कर सकते अंदर खान भी अंदर बनया हुआ है कैंटीन वगैरह भी है ये देखो तुम जाओगे तो देखते रह जाओ इतने सोने सोने बर्ड्स है कुछ बर्ड्स भी चो मिस भी हो गए होंगे फिलहाल जिन्ने के असी देखे उन्होंने मैं वीडियो बनाई है तुम वीडियो में लास्ट तक जरूर देखे अगर वीडियो तुम अच्छी लगे तो वीडियो में लाइक जरूर कर दीजिएगा शेयर जरूर कर दीजिएगा ताकि जो भी होर भी बंदे है वो इस चंडीगढ़ के जो बर्ड पार्क है उन्होंने वीडियो दे विच देख सकन ते मुड़ के वह जेड़ा आप भी पार्क दे विच जा सकन देखन ले ये देखो कितने सोहने लग रहे हैं इत्थे एक शॉप बनी हुई है शॉप दे विच काफ़ी सोहनी सोहनी जिहड़ियां वॉचिज है कप है कैप्स है मतलब काफ़ी अच्छे डिजाइन दिए मतलब कि बने हुए मतलब कि जो बर्ड्स हैं इन्हों की फोटो ही लगी हुई हैं मतलब बहुत सोहना है इन्होंने जोड़े इतने म्यूजियम की तरह एक रखा हुआ बहुत सोहना ये इतने कंटीन है इतने तुम कुछ भी खा पी सकते हो ये मैं तुम्हें रेट लिस्ट दस देना ये तुम रेट लिस्ट देख लो